परमात्मा अगे प्रार्थना की गई अरदास की गई है भी उन्होंने अपने चरणों में रखे। हमेशा देव तरीकों वाला वो शख्सियत सी जिन्हों शहनशाह कलाकार कहते हैं, बादशाह गीतकार कहते हैं। तो भाजी साढ़े गीतकारी दे वो थम सी जिहड़े नाम मिट भावें साढ़े विच नहीं पर उन्हां दी यादा हमेशा रहणगियां। उन्हां दे गीत माँ हुंदी है माँ दुनिया वाले जिउणा मोड़ हमेशा गूंजदे रहणगे। उन्हां सुभा इन्ना निम्रता वाला हर गीतकार उन्हां नूं बापू जी कहिंदा सीगा भी इहो जिहा गीतकार पहलां तां जम्मणा ही मुश्किल वा जी। उन्हां दी मेख वी 32-33 किताबां आईआं ने। ਕਹਿੰਦੇ ਲੇਖਕ ਜਦੋਂ ਲਿਖਦਾ ਹੈ ਨਾ ਤਾਂ ਉਸਦਾ ਮੁੱਲ ਵੱਧ ਜਾਂਦਾ ਹੈ ਜਦੋਂ ਉਸਨੂੰ ਕੋਈ ਆਪਣੇ ਸੁਰ ਆਪਣੀ ਆਵਾਜ਼ ਦੇ ਦਿੰਦਾ ਹੈ। ਸੋ ਸਾਡੇ ਨਾਲ ਨੇ ਪੰਜਾਬੀ 뮤직 ਇੰਡਸਟਰੀ ਦੇ ਇੱਕ ਅਜਿਹੇ ਕਲਾਕਾਰ ਜਿਨ੍ਹਾਂ ਨੇ ਹਿੱਕ ਦੀ ਜ਼ੋਰ ਤੇ ਗਾਇਆ ਅਖਾੜਿਆਂ ਦੀ ਸ਼ਾਨ ਵਧਾਈ ਔਰ ਹਮੇਸ਼ਾ ਦੇ ਲਈ ਉਹਨਾਂ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਉੱਚੇ ਕਲਾਕਾਰਾਂ ਦੇ ਵਿੱਚ ਆਉਂਦਾ। ਸੋ ਉਹ ਹੈਗੇ ਨੇ ਜੀ ਪਾਲੀ ਦੱਤ ਵਾਲਿਆ ਜੀ ਜਿਨ੍ਹਾਂ ਨੇ ਉਹਨਾਂ ਦੇ ਲਿਖੇ ਗਾਣੇ ਗਾਏ ਵੀ ਔਰ ਹਿੱਟ ਵੀ ਕੀਤੇ ਜਿਹੜੇ ਅੱਜ ਸਾਡੇ ਵਿੱਚ ਨਹੀਂ ਗਏ ਲੇਕਿਨ ਆਪਣੇ ਗੀਤਾਂ ਦੇ ਜ਼ਰੀਏ ਕਲਾ ਦੇ ਜ਼ਰੀਏ ਆਪਣੀ ਕਲਮ ਦੇ ਜ਼ਰੀਏ ਅਮਰ ਹੋ ਗਏ। ਸਰ ਅੱਜ ਅਸੀਂ ਇੱਥੇ ਮੌਜੂਦ ਹਾਂ, ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਬੜੀ ਸੰਗਤ ਇਕੱਠੀ ਹੋਈ ਆ, ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਉਸਤਾਦ ਲੋਕ ਦੇਵ ਤਰੀਕਿਆਂ ਵਾਲਾ, ਉਹਨਾਂ ਦਾ ਇੱਥੇ ਪਿੰਡ ਦਾ ਨਾਂ ਮਾਸਟਰ ਹਰਦੇਵ ਜੀ ਗੱਲ ਵੀ ਅੱਜ ਉਹਨਾਂ ਦੀ ਅੰਤਮ ਯਾਤਰਾ 'ਤੇ ਪਹੁੰਚੇ ਹਾਂ। ਅੱਜ ਭੋਗ ਪਿਆ, ਸਾਰਿਆਂ ਨੇ ਸ਼ਰਧਾਲੀਆਂ ਭੇਟ ਕੀਤੀਆਂ ਨੇ, ਸਾਡੇ ਕਲਾਕਾਰਾਂ ਵੱਲੋਂ ਵੀ ਸਾਰੀ ਸੰਗਤ ਵੱਲੋਂ ਵੀ ਉਹਨਾਂ ਨੂੰ ਅੰਤਮ ਅਰਦਾਸ ਦੇ ਵਿੱਚ ਮਹਾਰਾਜ ਅੱਗੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਗਈ, ਅਰਦਾਸ ਕੀਤੀ ਗਈ ਆ ਵੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੇ। ਹਮੇਸ਼ਾ ਦੇਵ ਤਰੀਕਿਆਂ ਵਾਲਾ ਉਹ ਸ਼ਖਸੀਅਤ ਸੀ ਜਿਹਨੂੰ ਸ਼ਹਿਨਸ਼ਾਹ ਕਲਾਕਾਰ ਕਹਿੰਦੇ ਆ, ਬਾਦਸ਼ਾਹ ਗੀਤਕਾਰ ਕਹਿੰਦੇ ਆ। ਬਾਕੀ ਮੈਂ ਵੀ ਉਹਨਾਂ ਦੇ ਕਾਫੀ ਗੀਤ ਗਾਏ ਆ ਵੀ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ। ਅਤੇ ਇੱਕ ਉਹਨਾਂ ਦਾ ਗੀਤ ਸੀ ਧੀਆਂ ਦਾ ਵੀ ਲੁੱਕ ਲੁੱਕ ਰੋਂਦੀ ਅੰਬੜੀ ਨਾਲੇ ਦਾਜ ਬਣਾਉਂਦੀ ਆ, ਲੱਖ ਹਿੱਸਾਂ ਦੀਆਂ ਤਹਿਹਾਂ ਵਿੱਚ ਸੰਦੂਕ ਦੇ ਪਾਉਂਦੀ ਆ, ਨੀ ਕੁੜੀ ਉਹ ਨਿਚੜੀ ਉਹ ਕੁਝ ਤੇ ਸੋਚ ਵਿਚਾਰ ਲਵੋ, ਮਾਵਾਂ ਕੋਲੋਂ ਲੋਰੀਆਂ ਬਾਬਲ ਕੋਲੋਂ ਪਿਆਰ ਲਵੋ। ਦੇਵ ਭਾਜੀ ਸਾਡੇ ਗੀਤਕਾਰੀ ਦੇ ਉਹ ਥੰਮ ਸੀ ਜਿਹੜੇ ਨਾਮ ਮਿਟ ਭਾਵੇਂ ਸਾਡੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਰਹਿਣਗੀਆਂ। ਉਹਨਾਂ ਦੇ ਗੀਤ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਜਿਉਣਾ ਮੋੜ ਹਮੇਸ਼ਾ ਗੂੰਜਦੇ ਰਹਿਣਗੇ ਭਾਵੇਂ ਸਾਡੇ ਵਿੱਚ ਦੇ ਭਾਜੀ ਨਹੀਂ, ਹਮੇਸ਼ਾ ਯਾਦ ਸਾਡੀਆਂ ਯਾਦਾਂ ਵਿੱਚ ਰਹਿਣਗੇ ਜੀ। ਪਾਲੀ ਜੀ ਇਹ ਤਾਂ ਉਹਨਾਂ ਦੀ ਹੋ ਗਈ ਨਾ ਕਲਾ ਦੀ ਗੱਲ ਹੈ ਨਾ, ਲੇਕਿਨ ਇਨਸਾਨੀ ਤੌਰ 'ਤੇ ਜੇਕਰ ਗੱਲ ਕਰੀਏ ਸੋ ਕਿਸ ਤਰ੍ਹਾਂ ਦਾ ਆਪਸ ਦੇ ਵਿੱਚ ਤੁਹਾਡਾ ਮਿਲਣ ਮੇ ਹੁੰਦਾ ਸੀਗਾ, ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਅੱਜ ਜ਼ਹਿਨ ਦੇ ਵਿੱਚ ਉਹਨਾਂ ਦੀ ਕਿਹੜੀਆਂ ਕਈਆਂ ਗੱਲਾਂ ਅੱਜ ਵੀ ਆ ਰਹੀਆਂ ਨੇ? ਗੱਲ ਉਹਨਾਂ ਦੀ ਸੁਭਾਅ ਦਾ ਜਾਂ ਜਵਾਬ ਹੀ ਨਹੀਂ ਜੀ। ਉਹਨਾਂ ਦਾ ਸੁਭਾਅ ਇੰਨਾ ਨਿਮਰਤਾ ਵਾਲਾ, ਹਰ ਗੀਤਕਾਰ ਉਹਨਾਂ ਨੂੰ ਬਾਪੂ ਜੀ ਕਹਿੰਦਾ ਸੀਗਾ। ਬਾਕੀ ਜਿਹੜੇ ਪਿੰਡ ਦੇ ਕਿਸੇ ਬੰਦੇ ਨੇ ਪੁੱਛਣਾ ਵੀ ਦੇਵ ਭਾਜੀ ਕੋਲੇ ਆਏ ਆ, ਮਾਸਟਰ ਦੇਵ ਕੋਲੇ ਚੱਲੇ ਆ ਯਾਰ, ਗੱਡੀ ਖੜ੍ਹ ਨੂੰ ਵੀ ਜਗ੍ਹਾ ਦੇਣੀ, ਆਲੇ ਦੁਆਲੇ ਵੀ ਇੱਕ ਦੂਜੇ ਦਾ ਮਾਣ ਕਰਨਾ। ਮੈਂ ਕਿਹਾ ਵੀ ਇਹਨਾਂ ਵਰਗਾ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਇਹਨਾਂ ਦੇ ਨਾਲ ਗੀਤਕਾਰੀ ਦਾ ਬਾਦਸ਼ਾਹ ਵੀ ਜੁੜਦਾ ਅਤੇ ਗੀਤਕਾਰੀ ਦਾ ਸ਼ਹਿਨਸ਼ਾਹ ਵੀ ਜੁੜਦਾ, ਇੰਨਾ ਉਹਨਾਂ ਦਾ ਸੁਭਾਅ ਚੰਗਾ, ਛੋਟੇ ਗੀਤਕਾਰਾਂ ਨੂੰ ਬਹੁਤ ਪਿਆਰ ਕਰਦੇ ਸੀ ਬਹੁਤ ਜ਼ਿਆਦਾ। ਜਦੋਂ ਪਹਿਲਾ ਗਾਣਾ ਤੁਸੀਂ ਉਹਨਾਂ ਦਾ ਗਾਇਆ ਤੇ ਗਾਣੇ ਤੋਂ ਪਹਿਲਾਂ ਮੁਲਾਕਾਤ ਹੋਈ ਸੀ ਜਾਂ ਫਿਰ ਪਹਿਲੇ ਗਾਣਾ ਆਇਆ ਗਾਣ ਤੋਂ ਬਾਅਦ ਮੁਲਾਕਾਤ? ਗੱਲ ਆ ਵੀ ਮੇਰਾ ਪਿੰਡ ਨਾ ਗੁਆਂਢ ਆ, ਸਾਡੇ ਪਿੰਡ ਇਕੱਠੇ ਆ, ਸਾਡੇ ਇੰਦਰੀ ਦੇ ਹਸਨਪੁਰੀ ਸਾਹਿਬ ਮੇਰੇ ਵਿਚਾਲੇ ਆ ਤੇ ਮੇਰਾ ਪਿੰਡ ਨੂੰ ਤਾਂ 3.5 ਕਿਲੋਮੀਟਰ ਆ ਜੀ, ਦੇਤਵਾਲ ਪਿੰਡ ਮੇਰਾ ਤੇ ਇਹਨਾਂ ਦਾ ਤਰੀਕੇ ਤੇ ਹਸਨਪੁਰ ਤੇ ਦੇਤਵਾਲ ਤਿੱਕੜੀ ਹੈ ਜੀ ਸਾਡੀ, ਤੇ ਮੈਨੂੰ ਇਹ ਮਾਣ ਹੁੰਦਾ ਮੈਂ ਕਿ ਜਦੋਂ ਕੋਈ ਮੈਨੂੰ ਪੁੱਛਦਾ ਹੁੰਦਾ ਸੀ ਨਾ ਵੀ ਦੇਤਵਾਲ ਕੋਈ ਬਾਹਰ ਪੁੱਛਦਾ, ਮੈਂ ਇਹ ਦੱਸਦਾ ਸੀ ਵੀ ਦੇਵ ਤਰੀਕੇ ਵਾਲੇ ਦਾ ਪਿੰਡ ਹਸਨਪੁਰੀ ਦਾ ਪਿੰਡ ਅਤੇ ਮੇਰਾ ਪਿੰਡ ਦੇਤਵਾਲ ਸਾਡੀ ਤਿੱਕੜੀ ਆ ਤਰਵੈਣੀ, ਮੈਨੂੰ ਹਸਨਪੁਰੀ ਸਾਹਿਬ ਦਾ ਵੀ ਬੜਾ ਮਾਣ ਮਿਲਦਾ ਸੀ ਅਤੇ ਦੇਵ ਭਾਈ ਦਾ ਵੀ ਬੜਾ ਆਸ਼ੀਰਵਾਦ ਮਿਲਦਾ ਸੀ ਜੀ। ਸੋ ਜਦੋਂ ਗਾਣੇ ਹਿੱਟ ਹੋਣੇ ਸ਼ੁਰੂ ਹੋ ਗਏ ਉਹਨਾਂ ਦੇ ਲਿਖੇ ਹੋਏ ਹੈ ਨਾ, ਫਿਰ ਤੁਸੀਂ ਜਦੋਂ ਮੁਲਾਕਾਤ ਕਰਦੇ ਸੀ ਅਤੇ ਕੀ ਕਹਿੰਦੇ ਸੀਗੇ ਉਹ, ਤੁਹਾਨੂੰ ਵੀ ਕਿਸ ਤਰ੍ਹਾਂ ਦਾ ਉਹ ਮਹਿਸੂਸ ਕਰਦੇ ਸੀ? ਮੈਂ ਤੁਹਾਨੂੰ ਦੱਸਦਾ ਜੀ, ਉਹਨਾਂ ਲਈ ਨਾ ਸਾਰੇ ਕਲਾਕਾਰ ਇੱਕੋ ਜਿਹੇ ਰਹਿੰਦੇ ਸੀ, ਸਾਰੇ ਕਲਾਕਾਰ ਇੱਕੋ ਜਿਹੇ ਰਹਿੰਦੇ ਸੀ, ਸਾਰਿਆਂ ਨਾਲ ਕਿਸੇ ਨਾਲ ਮਤਭੇਦ ਨਹੀਂ ਸੀ ਰੱਖਦੇ। ਮੇਰਾ ਖਿਆਲ ਵੀ ਇੰਨਾ ਵਰਗਾ ਸੁਭਾਅ ਹੀ ਨਹੀਂ ਕਿਸੇ ਦਾ, ਮੈਂ ਤੁਹਾਨੂੰ ਭਾਵੇਂ ਉਹ ਜੱਗ 'ਤੇ ਚਲੇ ਗਏ, ਉਹਨਾਂ ਦਾ ਗੀਤਕਾਰਾਂ ਲਈ ਖਾਸ ਕਰਕੇ ਬਹੁਤ ਵੱਡਾ ਆਸਰਾ ਰਹਿਣਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਦੇ ਗੀਤਾਂ ਨੂੰ ਆਪਣੀ ਯਾਦਾਂ ਵਿੱਚ ਰੱਖਿਓ, ਵੈਸੇ ਮੁੱਕਰ ਵਾਲੇ ਨਹੀਂ ਗੀਤ ਉਹਨਾਂ ਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ ਜੀ। ਸੋ ਅਖੀਰਲੀ ਟਾਈਮ ਤੁਸੀਂ ਕਦੋਂ ਮਿਲੇ ਉਹਨਾਂ ਨੂੰ, ਮੁਲਾਕਾਤ ਕਦੋਂ ਹੋਈ? ਹਾਂ ਮੈਂ ਅਖੀਰ ਦੇ ਟਾਈਮ 10-15 ਦਿਨ ਹੋ ਗਏ, ਮੈਂ ਤਾਂ ਬਲਬੀਰ ਮਾਨ ਮਿਲੇ ਅਤੇ ਉਹਨਾਂ ਦਾ ਪਤਾ ਵੀ ਲੈ ਕੇ ਗਏ, ਉਦੋਂ ਵੀ ਚੜ੍ਹਦੀ ਕਲਾ ਸੀਗੇ, ਐਸੀ ਗੱਲ ਨਹੀਂ, ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿੰਦੇ ਸੀ ਹਮੇਸ਼ਾ ਨਾ, ਜੇ ਕਿਤੇ ਉਹਨਾਂ ਦਾ ਕਿਤੇ ਸ਼ਾਮ ਦਾ ਸਮਾਂ ਹੁੰਦਾ ਸੀ ਮੈਂ ਨਹੀਂ ਵੈਸੇ ਉਸ ਸਮੇਂ 'ਚ ਹਾਜ਼ਰ ਹੁੰਦਾ,
थोड़ा बहुत उन्होंने मनोरंजन का भी शौक से, अपने चेलिया के नाल रल के मनोरंजन भी करते, बहुत माण मिलते। मेरा कहने का मतलब योजी शख्सियत मिलनी बहुत मुश्किल है। जीरो तो स्टार्ट हो के मिट्टी दे विच कवितावां लिख के इन्ना बड़े अगे हुए है, और झांडी 25 साल इको ही स्कूल दे विच हेडमास्टर रहे है, और इन्नी निम्रता नाल बहुत ज़्यादा उन्हां दा प्रेम सी हर एक दे नाल, बच्चियां नाल वड्डियां नाल सारिया नाल बहुत प्यार सीगा। और असीं नतमस्तक हुंदे अपने मास्टर जी नूं, और साडे सिर तो एक साया चला गया क्योंकि सानूं बहुत आसरा सी उन्हां दा। हाँ जी, जिदा परिवार वाले नाल गल हुई है पाली जी की, हाँ इंडस्ट्री च भी उन्होंने बापू जी कहा जाता सी, और घर के भी यही कहें भी सिर पर एक बहुत आसरा सीगा। सो जो गल करिए पुराने खुंड कह लिए या कह लिए भी एक युग का ही अंत हो गया इस दे नाल ना, सो अज तुसी की कहना चाहोगे अजकल दे समय दे मुताबिक की कहना चाहोगे कलाकार बतौर, क्योंकि उदो सांझ भी होर हुंदी सी कलाकार दी दूजे कलाकार दे नाल, निम्रता भी बहुत हुंदी सी, सो बतौर कलाकार तुसी अज दे समय दे मुताबिक की महसूस करदे हो? अज दे समय दे मुताबिक मैं ये दसूंगा भी इहोजा गीतकार पहला तो जमना ही मुश्किल बाजी जी। उन्हां दी मेख भी 32-33 किताबां आईयां ने, उन्होंने इस तो पहला 3-4 कहानियां दी किताबां भी कढ़िया उन्होंने। बाकी मैनू कहा हुंदा सी वी पाली तेरा पिंड गुआंढ यार तू मैनू मिल के जाया कर, है बीबी प्रीतम कौर जी उन्होंने मिसेज, वह साडा मैं सीगा वैसे वैष्णो, वो कहते यार तू जिदन आना चाह चलती है वधिया बहुत सोहना लगता वा। बाकी इहोजे मैं तो तुहानू इह दसूंगा भी जदों कि इन्होंने माँ होंगी है माँ गीत लिखिया तो उहोजा साहब ने रिकॉर्ड किया, दुनिया तो लोक गीत बन गया, तेरे टिले तो सूत जी दीर दी बड़े अच्छे अच्छे गीत उन्होंने आए आ, हमेशा ज्यौदी रहू ज्यौदे रहनगे, हमेशा जगत शाही रहनगे। सो बहुत बहुत धन्यवाद थोड़ा, तुसी कुछ पल सांझे किए, धन्यवाद। सो साडे नाल सीगे पाली दत्ते वाले जी, बाकी जी अज बिल्कुल देव तरीके वाले जी साडे विचकार नहीं गए, शारीरिक तौर पर साडे तो रुखसत हो चुके हैं, लेकिन साडी यादां दे विच अपनी कला दे जरिए हमेशा अमर रहणगे। फिलहाल दे लई देओ इजाजत, देखते रहो सिने पंजाबी, सत श्री अकाल।